ਕੋਰੋਨਾ ਇਹ ਸ਼ਬਦ ਸ਼ਾਇਦ ਹੀ ਕੋਈ ਭੁੱਲ ਸਕੇ। ਇੱਕ ਅਜਿਹਾ ਸ਼ਬਦ ਜੋ ਸਾਲਾਂ ਤੱਕ ਲੋਕਾਂ ਦੇ ਜ਼ਿਹਨ ਦੇ ਵਿੱਚ ਰਹੇਗਾ। ਸਾਲ 2020 ਅਤੇ 21 ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਕੋਰੋਨਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ, ਪਰ ਇਸ ਵਾਰ ਕਾਰਨ ਹੈ ਕੋਰੋਨਾ ਵੈਕਸੀਨ ਅਤੇ ਇਸ ਦੇ ਸਾਈਡ ਇਫੈਕਟਸ, ਯਾਨੀ ਕਿ ਮਾੜੇ ਪ੍ਰਭਾਵ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟਸ ਅਜਿਹੇ ਨੇ ਕਿ ਇਸਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਵੈਕਸੀਨ ਬਣਾਉਣ ਵਾਲੀ ਕੰਪਨੀ ਦੇ ਖਿਲਾਫ਼ ਮੁਕੱਦਮਾ ਦਰਜ ਕਰਵਾਉਣ ਵਾਲੇ ਕੁਝ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਕੋਰੋਨਾ ਦੀ ਲਾਹ ਕਾਰਨ ਨਹੀਂ ਸਗੋਂ ਕੋਰੋਨਾ ਤੋਂ ਬਚਾਅ ਕਰਨ ਵਾਲੀ ਵੈਕਸੀਨ ਦੇ ਕਾਰਨ ਗੁਆਇਆ ਹੈ। ਕੁਝ ਦਾ ਦਾਅਵਾ ਹੈ ਕਿ ਕੋਰੋਨਾ ਵੈਕਸੀਨ ਨੇ ਬਹੁਤ ਸਾਰੇ ਲੋਕਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਪਹਿਲਾ ਸਵਾਲ, ਕਿਸ ਗੱਲ ਦਾ ਕੋਈ ਸਬੂਤ ਹੈ ਕਿ ਇਹ ਸਾਈਡ ਇਫੈਕਟਸ ਕਿੰਨੇ ਖਤਰਨਾਕ ਨੇ? ਅਤੇ ਦੂਜਾ ਸਵਾਲ, ਕੀ ਵੈਕਸੀਨ ਲਗਾਉਣ ਦੇ 1 ਜਾਂ 2 ਸਾਲ ਬਾਅਦ ਵੀ ਡਰਨ ਦੀ ਲੋੜ ਹੈ? ਪਹਿਲਾਂ ਉਹ ਜਾਣਦੇ ਹਾਂ ਕਿ ਇਹ ਸਾਰਾ ਮਾਮਲਾ ਸ਼ੁਰੂ ਕਿਵੇਂ ਹੋਇਆ। ਇਹ ਮਾਮਲਾ ਸ਼ੁਰੂ ਹੋਇਆ ਬ੍ਰਿਟੇਨ ਤੋਂ। ਕੋਰੋਨਾ ਦੀ ਵੈਕਸੀਨ ਐਸਟ੍ਰਾਜ਼ੈਨਿਕਾ ਦੇ ਖਿਲਾਫ਼ ਹਰਜਾਨੇ ਦਾ ਪਹਿਲਾ ਮੁਕੱਦਮਾ ਪਿਛਲੇ ਸਾਲ 2 ਬੱਚਿਆਂ ਦੇ ਪਿਤਾ ਜੈਮੀ ਸਕੌਟ ਨੇ ਦਾਇਰ ਕੀਤਾ ਸੀ। ਜੈਮੀ ਸਕੌਟ ਨੇ ਦਾਅਵਾ ਕੀਤਾ ਕਿ ਐਸਟ੍ਰਾਜ਼ੈਨਿਕਾ ਦੀ ਕੋਵਿਡ ਵੈਕਸੀਨ ਨੇ ਉਹਨਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾਇਆ ਹੈ। ਉਹਨਾਂ ਨੇ ਦੱਸਿਆ ਕਿ ਅਪ੍ਰੈਲ 2021 ਦੇ ਵਿੱਚ ਵੈਕਸੀਨ ਲੈਣ ਤੋਂ ਬਾਅਦ ਉਹਨਾਂ ਦੇ ਦਿਮਾਗ ਦੇ ਵਿੱਚ ਖੂਨ ਦਾ ਥੱਕਾ ਬਣ ਗਿਆ ਸੀ, ਜਿਸ ਕਾਰਨ ਉਹਨਾਂ ਦੇ ਦਿਮਾਗ ਨੂੰ ਨੁਕਸਾਨ ਪੁੱਜਿਆ। ਇਸ ਕਾਰਨ ਉਹ ਹੁਣ ਕੰਮ ਕਰਨ ਦੇ ਯੋਗ ਨਹੀਂ ਹਨ। ਵੈਕਸੀਨ ਲਗਵਾਉਣ ਵਾਲੇ ਕਈ ਲੋਕਾਂ ਨੇ ਮਿਲ ਕੇ ਇਸ ਦਵਾਈ ਕੰਪਨੀ ਦੇ ਖਿਲਾਫ਼ ਵੈਕਸੀਨ ਦੇ ਸਾਈਡ ਇਫੈਕਟਸ ਨੂੰ ਲੈ ਕੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਕੁਝ ਕਹਿੰਦੇ ਨੇ ਕਿ ਉਹਨਾਂ ਨੇ ਆਪਣੇ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਹੈ ਅਤੇ ਕਈਆਂ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਨੂੰ ਕਿੰਨਾ ਗੰਭੀਰ ਨੁਕਸਾਨ ਹੋਇਆ। ਜੈਮੀ ਸਕੌਟ ਦੇ ਵਕੀਲ ਨੇ BBC ਨੂੰ ਦੱਸਿਆ ਕਿ ਐਸਟ੍ਰਾਜ਼ੈਨਿਕਾ ਨੇ ਅਦਾਲਤ ਦੇ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੇ ਵਿੱਚ ਪਹਿਲੀ ਵਾਰ ਮੰਨਿਆ ਕਿ ਕੁਝ ਲੋਕਾਂ ਨੂੰ ਅਸਧਾਰਨ ਮਾੜੇ ਪ੍ਰਭਾਵ ਹੋ ਸਕਦੇ ਨੇ। ਇਸ ਸਾਲ ਫਰਵਰੀ ਦੇ ਵਿੱਚ ਇੰਗਲੈਂਡ ਦੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨੀ ਦਸਤਾਵੇਜ਼ ਦੇ ਵਿੱਚ ਕੰਪਨੀ ਨੇ ਮੰਨਿਆ ਕਿ ਉਹਨਾਂ ਦੀ ਕੋਰੋਨਾ ਵੈਕਸੀਨ ਕੁਝ ਦੁਰਲੱਭ ਮਾਮਲਿਆਂ ਦੇ ਵਿੱਚ TTS ਦਾ ਕਾਰਨ ਬਣ ਸਕਦੀ ਹੈ, ਪਰ ਇਹ ਕਿਵੇਂ ਹੁੰਦਾ ਇਸ ਬਾਰੇ ਅਜੇ ਤੱਕ ਪਤਾ ਨਹੀਂ ਹੈ। ਪਰ ਇਹ TTS ਸਿੰਡਰੋਮ ਹੈ ਕਿ TTS ਯਾਨੀ ਕਿ ਥਰੋਂਬੋਸਿਸ ਵਿਦ ਥਰੋਂਬੋਸਾਈਟੋਪਨੀਆ ਸਿੰਡਰੋਮ, ਇੱਕ ਅਜਿਹੀ ਬਿਮਾਰੀ ਜਿਸ ਦੇ ਨਾਲ ਥਰੋਂਬੋਸਿਸ ਯਾਨੀ ਕਿ ਖੂਨ ਦੇ ਥੱਕਿਆਂ ਦਾ ਜੰਮਣਾ ਅਤੇ ਥਰੋਂਬੋਸਾਈਟੋਪਨੀਆ ਯਾਨੀ ਕਿ ਪਲੈਟਲੇਟਸ ਦੀ ਕਮੀ ਇੱਕੋ ਨਾਲ ਹੀ ਹੋ ਜਾਂਦੇ ਨੇ। ਜਦੋਂ ਟੀਕਾ ਲਗਵਾਉਣ ਦੇ ਨਾਲ ਅਜਿਹਾ ਹੁੰਦਾ ਤਾਂ ਇਸਨੂੰ VITT ਯਾਨੀ ਕਿ ਵੈਕਸੀਨ ਇੰਡਿਊਸਡ ਇਮਿਊਨ ਥਰੋਂਬੋਸਿਸ ਐਂਡ ਥਰੋਂਬੋਸਾਈਟੋਪਨੀਆ ਕਹਿੰਦੇ ਨੇ। ਆਸਾਨ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਮਰੀਜ਼ ਦੇ ਸਰੀਰ ਦੇ ਵਿੱਚ ਖੂਨ ਦੇ ਥੱਕੇ ਵੀ ਜੰਮਦੇ ਨੇ ਅਤੇ ਪਲੈਟਲੇਟਸ ਵੀ ਘੱਟ ਜਾਂਦੇ ਨੇ। ਇਸ ਦੇ ਨਤੀਜੇ ਕੁਝ ਮਾਮਲਿਆਂ ਦੇ ਵਿੱਚ ਬੇਹੱਦ ਖਤਰਨਾਕ ਅਤੇ ਜਾਨਲੇਵਾ ਹੋ ਸਕਦੇ ਨੇ। ਇਸ ਕਾਰਨ ਦਿਲ ਦਾ ਦੌਰਾ ਪੈਣਾ ਅਤੇ ਦਿਮਾਗ ਦੇ ਵਿੱਚ ਖੂਨ ਦੇ ਜੰਮਣ ਤੋਂ ਇਲਾਵਾ ਫੇਫੜਿਆਂ ਦੇ ਵਿੱਚ ਖੂਨ ਦਾ ਵਹਾਅ ਰੁਕ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਹੋਰ ਵੀ ਕਈ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਖੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਬਹੁਤ ਸਾਰੇ ਵੱਖ ਵੱਖ ਰੂਪਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੋਵੇ। ਪਰ TTS ਵਰਗੀਆਂ ਦੁਰਲੱਭ ਬਿਮਾਰੀ ਸਿਰਫ ਟੀਕਾ ਲਗਵਾਉਣ ਤੋਂ ਬਾਅਦ ਹੀ ਖੂਨ ਦੇ ਥੱਕੇ ਜੰਮਣ ਕਾਰਨ ਹੁੰਦੀ ਹੈ। ਏਮਸ ਨਵੀਂ ਦਿੱਲੀ ਦੇ ਕਲੀਨਿਕਲ ਹੈਮਟੋਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਮੁਕੁਲ ਅਗਰਵਾਲ ਦਾ ਕਹਿਣਾ ਹੈ ਕਿ ਦਵਾਈ ਜਾਂ ਵੈਕਸੀਨ ਤੋਂ ਬਾਅਦ ਕਈ ਵਾਰ ਸਰੀਰ ਦੇ ਵਿੱਚ ਕੁਝ ਅਜਿਹੀਆਂ ਐਂਟੀਬਾਡੀਜ਼ ਬਣ ਜਾਂਦੀਆਂ ਨੇ ਜਿਸ ਦੇ ਨਾਲ ਕਲੋਟਿੰਗ ਯਾਨੀ ਕਿ ਖੂਨ ਦੇ ਥੱਕੇ ਬਣ ਸਕਦੇ ਨੇ ਅਤੇ ਪਲੈਟਲੇਟਸ ਨੂੰ ਵੀ ਘਟਾ ਸਕਦੀਆਂ ਨੇ। ਇਹ ਇੱਕ ਰੇਅਰ ਸਿੰਡਰੋਮ ਹੈ ਯਾਨੀ ਕਿ ਇੱਕ ਦੁਰਲੱਭ ਬਿਮਾਰੀ ਹੈ। ਅਜਿਹੇ ਪ੍ਰਭਾਵ ਨੂੰ ਡਰੱਗ ਹੈਪਰਿਨ ਅਤੇ ਵੈਕਸੀਨ ਦੇ ਨਾਲ ਜੋੜ ਕੇ ਦੇਖਿਆ ਗਿਆ। ਡਾਕਟਰ ਮੁਕੁਲ ਅਗਰਵਾਲ ਦੱਸਦੇ ਨੇ ਕਿ ਦਵਾਈ ਜਾਂ ਵੈਕਸੀਨ ਤੋਂ ਬਾਅਦ ਅਸੀਂ 1.5 ਮਹੀਨੇ ਤੱਕ ਇਸ 'ਤੇ ਨਜ਼ਰ ਰੱਖਦੇ ਹਾਂ ਕਿ ਕੀ ਕੋਈ ਗੰਭੀਰ ਸਾਈਡ ਇਫੈਕਟਸ ਤਾਂ ਨਹੀਂ ਹਨ। ਪਰ ਅੱਜ ਕੱਲ੍ਹ ਜ਼ਿਆਦਾਤਰ ਅਸੀਂ ਸਿਰਫ ਹੈਪਰਿਨ ਦੇ ਨਾਲ ਸੰਬੰਧਿਤ ਕੇਸ ਹੀ ਦੇਖਦੇ ਹਾਂ, ਵੈਕਸੀਨ ਦੇ ਨਾਲ ਨਹੀਂ। ਹੈਪਰਿਨ ਖੂਨ ਨੂੰ ਪਤਲਾ ਕਰਦੀ ਹੈ। ਜੇਕਰ ਅਸੀਂ ਕਿਸੇ ਨੂੰ ਹੈਪਰਿਨ ਦਿੰਦੇ ਹਾਂ ਤਾਂ ਅਸੀਂ ਉਹਨਾਂ 'ਤੇ ਨਜ਼ਰ ਰੱਖਦੇ ਹਾਂ। ਡਾਕਟਰ ਮੁਕੁਲ ਅਗਰਵਾਲ ਦੱਸਦੇ ਨੇ ਕਿ ਜੇਕਰ ਕਲੋਟਿੰਗ ਦੀ ਗੱਲ ਕਰੀਏ ਤਾਂ ਪੈਰਾਂ ਦੇ ਵਿੱਚ, ਛਾਤੀ 'ਚ ਜਾਂ ਫਿਰ ਸਿਰ ਦੇ ਵਿੱਚ ਕਲੋਟਿੰਗ ਹੋ ਸਕਦੀ ਹੈ। ਕਲੋਟਿੰਗ ਪੈਰਾਂ ਦੇ ਵਿੱਚ ਹੋਵੇ ਤਾਂ ਦਰਦ ਅਤੇ ਸੋਜ ਹੋ ਸਕਦੀ ਹੈ। ਕਲੋਟਿੰਗ ਛਾਤੀ ਦੇ ਵਿੱਚ ਹੋਵੇ ਤਾਂ ਸਾਹ ਦੀ ਤਕਲੀਫ ਅਤੇ ਛਾਤੀ ਦੇ ਵਿੱਚ ਦਰਦ ਹੋ ਸਕਦਾ ਹੈ। ਕਲੋਟਿੰਗ ਦਿਮਾਗ ਦੇ ਵਿੱਚ ਹੋਵੇ ਤਾਂ ਚੱਕਰ ਆਉਣੇ, ਸਿਰ ਦਰਦ, ਕਮਜ਼ੋਰ ਨਜ਼ਰ, ਦੌਰੇ ਪੈਣੇ ਜਾਂ ਬੇਹੋਸ਼ੀ ਹੋ ਸਕਦੀ ਹੈ। ਪਲੈਟਲੇਟਸ ਘੱਟ ਹੋਵੇ ਤਾਂ ਬਲੀਡਿੰਗ ਹੋ ਸਕਦੀ ਹੈ ਯਾਨੀ ਕਿ ਖੂਨ ਵਹਿ ਸਕਦਾ ਹੈ। ਡਾਕਟਰ ਮੁਕੁਲ ਦੇ ਮੁਤਾਬਕ ਜਿੱਥੋਂ ਤੱਕ ਇਸ ਦੇ ਇਲਾਜ ਦਾ ਸਵਾਲ ਹੈ, ਕੁਝ ਮਾਮਲਿਆਂ ਦੇ ਵਿੱਚ ਹੈਪਰਿਨ ਦੀ ਡੋਜ਼ ਨੂੰ ਬਦਲਿਆ ਜਾ ਸਕਦਾ ਹੈ ਅਤੇ ਐਂਟੀਕੋਗੂਲੈਂਟ ਦਵਾਈ ਯਾਨੀ ਕਿ ਖੂਨ ਦਾ ਥੱਕਾ ਬਣਨ ਤੋਂ ਰੋਕਣ ਵਾਲੀ ਦਵਾਈ ਦਿੱਤੀ ਜਾ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਕੀ ਵੈਕਸੀਨ ਲੱਗਣ ਦੇ 1 ਜਾਂ 2 ਸਾਲ ਬਾਅਦ ਵੀ ਡਰਨ ਦੀ ਲੋੜ ਹੈ? ਪਬਲਿਕ ਹੈਲਥ ਐਂਡ ਪਾਲਿਸੀ ਐਕਸਪਰਟ ਡਾਕਟਰ ਚੰਦਰਕਾਂਤ ਲਹਿਰੀਆ, ਜੋ ਕਿ ਵਿਸ਼ਵ ਸਿਹਤ ਸੰਗਠਨ ਦੇ ਨਾਲ ਵੀ ਕੰਮ ਕਰ ਚੁੱਕੇ ਨੇ,
ਉਹ ਦੱਸਦੇ ਨੇ ਕਿ ਵੈਕਸੀਨ ਦੇ ਕੰਪੋਨੈਂਟਸ ਜੋ ਸਾਡੇ ਖੂਨ ਦੇ ਵਿੱਚ ਜਾਂਦੇ ਨੇ ਸਾਡੇ ਇਮਿਊਨ ਸਿਸਟਮ ਨੂੰ ਐਕਟੀਵੇਟ ਕਰਕੇ ਐਂਟੀਬਾਡੀਜ਼ ਬਣਾਉਂਦੇ ਨੇ ਜਿਸ ਦੇ ਨਾਲ ਅਸੀਂ ਬਿਮਾਰੀ ਦੇ ਨਾਲ ਲੜਨ ਦੇ ਲਈ ਤਿਆਰ ਹੋ ਜਾਂਦੇ ਹਾਂ। ਉਹ ਕਹਿੰਦੇ ਨੇ ਕਿ ਇੱਕ ਗੱਲ ਯਾਦ ਰੱਖੋ ਕਿ ਹਰ ਸਰੀਰ ਵੱਖਰਾ ਹੈ, ਇਸ ਦੇ ਲਈ ਕੁਝ ਐਲਰਜੀ ਰਿਐਕਸ਼ਨਸ ਜਾਂ ਫਿਰ ਸਾਈਡ ਇਫੈਕਟਸ ਹੋ ਸਕਦੇ ਨੇ। ਸਰੀਰ ਦੇ ਵਿੱਚ ਦਰਦ ਜਾਂ ਬੁਖਾਰ ਹੋ ਸਕਦਾ ਹੈ, ਪਰ ਕੁਝ ਮਾਮਲਿਆਂ ਦੇ ਵਿੱਚ ਰੇਅਰੈਸਟ ਆਫ ਦ ਰੇਅਰ ਇਵੈਂਟਸ ਯਾਨੀ ਕਿ ਦੁਰਲੱਭ ਘਟਨਾਵਾਂ ਹੋ ਸਕਦੀਆਂ ਨੇ, ਪਰ ਇਹ ਪਛਾਣਨਾ ਮੁਸ਼ਕਿਲ ਹੈ ਕਿ ਕਿਸ ਦੇ ਨਾਲ ਕੀ ਹੋਵੇਗਾ। ਦੁਰਲੱਭ ਸਾਈਡ ਇਫੈਕਟਸ ਆਮ ਤੌਰ 'ਤੇ 6 ਹਫ਼ਤਿਆਂ ਦੇ ਅੰਦਰ ਦਿਖਾਈ ਦੇ ਜਾਂਦੇ ਨੇ। ਜੇਕਰ 6 ਹਫ਼ਤਿਆਂ ਤੋਂ ਬਾਅਦ ਸਰੀਰ ਦੇ ਵਿੱਚ ਕੋਈ ਬਦਲਾਵ ਆਉਂਦਾ ਹੈ ਤਾਂ ਇਸ ਗੱਲ ਦਾ ਚਾਂਸ ਕਾਫ਼ੀ ਘੱਟ ਹੈ ਕਿ ਇਹ ਬਦਲਾਵ ਉਸ ਦਵਾਈ ਜਾਂ ਫਿਰ ਵੈਕਸੀਨ ਕਰਕੇ ਆਏ ਨੇ। ਇਸ ਤਰ੍ਹਾਂ ਜੇਕਰ ਕਿਸੇ ਨੇ 1 ਜਾਂ 2 ਸਾਲ ਪਹਿਲਾਂ ਵੈਕਸੀਨ ਲਗਾਈ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਡਾਕਟਰ ਚੰਦਰਕਾਂਤ ਲਹਿਰੀਆ ਦੱਸਦੇ ਨੇ ਕਿ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਦੇਖੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਕੁਝ ਜਿਮ ਦੇ ਵਿੱਚ ਸੀ ਅਤੇ ਕੁਝ ਡਾਂਸ ਕਰ ਰਹੇ ਸੀ। ਇਸ ਨੂੰ ਕੋਵਿਡ ਵੈਕਸੀਨ ਦੇ ਨਾਲ ਜੋੜਨ ਦੇ ਲਈ ਅਜੇ ਤੱਕ ਕੋਈ ਵਿਗਿਆਨਿਕ ਸਬੂਤ ਨਹੀਂ ਹੈ। ਉਹ ਕਹਿੰਦੇ ਨੇ ਕਿ ਲੋਕਡਾਊਨ ਅਤੇ ਕੋਵਿਡ ਦੇ ਦੌਰਾਨ ਲੋਕ ਘਰਾਂ ਦੇ ਵਿੱਚ ਹੀ ਸੀ ਅਤੇ ਇਨਐਕਟਿਵ ਸੀ। ਕੋਵਿਡ ਤੋਂ ਬਾਅਦ ਕੁਝ ਲੋਕ ਅਚਾਨਕ ਐਕਟਿਵ ਹੋਏ ਜਿਸ ਦਾ ਅਸਰ ਸਰੀਰ 'ਤੇ ਪਿਆ। ਇਹ ਵੀ ਸੰਭਵ ਹੈ ਕਿ ਕਿਸੇ ਨੂੰ ਪਹਿਲਾਂ ਹੀ ਕੋਈ ਸਿਹਤ ਸੰਬੰਧੀ ਸਮੱਸਿਆ ਹੋ ਸਕਦੀ ਹੈ ਜਿਸ ਬਾਰੇ ਪਹਿਲਾਂ ਪਤਾ ਨਾ ਹੋਵੇ। ਉਹ ਇਹ ਵੀ ਮੰਨਦੇ ਨੇ ਕਿ ਹੁਣ ਸੋਸ਼ਲ ਮੀਡੀਆ ਦਾ ਐਕਸਪੋਜ਼ਰ ਜ਼ਿਆਦਾ ਹੈ, ਇਸ ਦੇ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵੀਡੀਓਜ਼ ਦੇਖਣ ਨੂੰ ਮਿਲਦੇ ਨੇ। ਡਾਕਟਰ ਲਹਿਰੀਆ ਮੰਨਦੇ ਨੇ ਕਿ ਇਸ ਸੰਬੰਧੀ ਸਾਈਡ ਇਫੈਕਟਸ ਦੇ ਕੁਝ ਮਾਮਲਿਆਂ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਫਿਲਹਾਲ ਇਸ ਦੇ ਨਾਲ ਸੰਬੰਧਿਤ ਕੋਈ ਡੇਟਾ ਮੌਜੂਦ ਨਹੀਂ ਹੈ। ਉਹ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਕੁਝ ਵੀ ਅਜੀਬ ਲੱਗਦਾ ਹੈ ਤਾਂ ਉਸਨੂੰ ਨਜ਼ਰਅੰਦਾਜ਼ ਨਾ ਕਰੋ, ਤੁਰੰਤ ਡਾਕਟਰ ਦੇ ਕੋਲ ਜਾਓ ਜਾਂ ਸਲਾਹ ਲਵੋ। ਉਮੀਦ ਕਰਦੇ ਹਾਂ ਕਿ ਇਹ ਰਿਪੋਰਟ ਤੁਹਾਨੂੰ ਪਸੰਦ ਆਈ ਹੋਵੇਗੀ। ਅਜਿਹੀਆਂ ਕਈ ਰਿਪੋਰਟ ਤੁਸੀਂ ਸਾਡੀ ਵੈਬਸਾਈਟ ਜੋ ਕਿ ਹੈ bbc.com/punjabi 'ਤੇ ਜਾ ਕੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ ਵੀ ਜਾ ਸਕਦੇ ਹੋ। ਤੁਸੀਂ ਸਾਡੇ ਇੰਸਟਾਗ੍ਰਾਮ ਅਤੇ ਐਕਸ ਹੈਂਡਲ 'ਤੇ ਵੀ ਜਾ ਸਕਦੇ ਹੋ।